أعوذ بالله من الشيطان الرجيم بسم الله الرحمن الرحيم کیا بات اے چودھری سرور صاحب تے ماجد علی آپج پتریر پتریر بھی نے تے جیل مو اگے تے دینے دورا راٹھیاں دسیا جی راٹھیاں پنڈ مین روڈ دے اوتے تے اوتھوں ਚਾਹ ਮੁਹੱਬਤ ਲੈ ਕੇ ਆਏ ਨੇ ਮਿਲਣ ਵਾਸਤੇ ਆਏ ਨੇ ਅਤੇ ਅੱਲਾ ਪਾਕ ਇਹਨਾਂ ਦਾ ਆਉਣਾ ਜਿਹੜਾ ਆਪਣੀ ਬਾਰਗਾਹ ਵਿੱਚ ਮਨਜ਼ੂਰ ਕਰੇ ਕਿਉਂਕਿ ਪਿਆਰ ਦੇ ਜੀ ਸੌਦੇ ਨੇ ਸਾਰੇ ਅਤੇ ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ ਅਤੇ ਇਹ ਮਾਜਦ ਪਿਆਂਦਾ ਬਾਈ ਦੋ ਤਰੈ ਭਾਵੇਂ ਸ਼ੇਰ ਹੋ ਜਾਣ ਨਾ ਮੀਏ ਮੁਹੰਮਦ ਨੈਤ ਵੜੈਚ ਕਸੂਰ ਮੰਨਦੇ ਅਤੇ ਮੈਨੂੰ ਬੜਾ ਸ਼ੌਕ ਇਹ ਇੰਗਲੈਂਡ ਹੁੰਦੇ ਨੇ ਅਤੇ ਘੋੜਿਆਂ ਦੇ ਤਾਂ ਉਸਤਾਦ ਹੋਏ ਨਾ ਉਹ ਯਾਰ ਰੱਖੇ ਅੱਜ ਮਾਲ ਟਿੱਟ ਫੇਰ ਹੀ ਕੰਮ ਸ਼ਿਕਾਜ ਹੋਇਆ ਅਤੇ ਪਹਿਲਾਂ ਥੋੜ੍ਹਾ ਜਿਹਾ ਸ਼ੇਰ ਜਿਹੜਾ ਉਹਨਾਂ ਆਖਿਆ ਨਾ ਮੈਨੂੰ ਪਤਾ ਲੱਗ ਗਿਆ ਉਂਝ ਪਹਿਲਾਂ ਸ਼ੇਰ ਇੱਕ ਮੈਂ ਆਪਣੀ ਮਰਜ਼ੀ ਨਾਲ ਬੋਲਦਾ ਹੁੰਦਾ ਵਾਂ ਕਿਉਂਕਿ ਜਿਹੜੇ ਵੀ ਮੈਦਾਨ ਵਿੱਚ ਜਿੱਥੇ ਵੀ ਉਹਦਾ ਨਾਂ ਪਹਿਲਾਂ ਨਾ ਆਵੇ ਕਿਆ ਬਾਤ ਅਤੇ ਉਹ ਮੈਦਾਨ ਨਹੀਂ ਹੁੰਦਾ ਨਹੀਂ ਆਉਂਦਾ ਅਤੇ ਮੀਆਂ ਮੁਹੰਮਦ ਨੈਤ ਵੜੈਚ ਕਸੂਰਮੰਦ ਕਸੋ ਕਾਏ ਲਿਖਦੇ ਨੇ ਸੁਬਾ ਸ਼ਾਮ ਦਾਨ ਮੈਂ ਰਹਿਮਤਾਂ ਦੇ ਤੇਰੇ ਦਰਬਾਰ ਚੋਂ ਰੱਬੇ ਗਫਾਰ ਮੰਗਣਾ ਕਿਆ ਬਾਤ ਤੇਰੇ ਯਾਰ ਦਾ ਉਮਤੀ ਤੇਰਾ ਬੰਦਾ ਜੱਦੀ ਮੰਗ ਤਾਂ ਲਗਾਤਾਰ ਮੰਗਣਾ ਕਿਆ ਬਾਤ ਤੇ ਦੌਲਤ ਮਾਲ ਦਾ ਨਹੀਂ ਸਵਾਲ ਸਾਈਆਂ ਨਾ ਮੈਂ ਦੁਨੀਆ ਦੀ ਮੌਜ ਬਹਾਰ ਮੰਗਣਾ ਕਸੂਰ ਮੰਦ ਗਰੀਬ ਦੀ ਅਰਜ਼ੇਵਾ ਕੰਬਲੀ ਵਾਲੇ ਦਾ ਮੈਂ ਪਿਆਰ ਮੰਗਣਾ ਤੇ ਗੱਡੀ ਵਾਲਿਆ ਤੇਰੀ ਇਹ ਨਹੀਂ ਗੱਡੀ ਕਿਸੇ ਖਰੀਦਾਰ ਦੀ ਹੈ ਦੋ ਚਾਰ ਰੁਪਈਏ ਜਦੋਂ ਖਰਚ ਲਈਏ ਕੁਝ ਹੋ ਜਾਂਦੀ ਅਸਵਾਰ ਦੀ ਹੈ ਤੇ ਕਦੇ ਨਾਲ ਖਿਆਲ ਦੇ ਸੋਚ ਆਈ ਉਹ ਯਾਰ ਜਦੋਂ ਵਿਛੋੜੇ ਦਾ ਮਾਰਦੀ ਹੈ ਕਬਜ਼ੇ ਵਾਲਿਆਂ ਦਾ ਕਸੂਰ ਮੰਦ ਕਬਜ਼ਾ ਆਰਸ਼ਾਈ ਪਰਵਰ ਦੀ ਗਾਰਦੀ ਏ ਤੇ ਸਮਝ ਦੂਰ ਨਾ ਆਈ ਕਿ ਆਈ ਗੱਡੀ ਪਲੇਟਫਾਰਮ ਤੇ ਰੋ ਤਿਆਰ ਹੋ ਕੇ ਬੁਝਕਾ ਇਮਾਨ ਸੰਭਾਲ ਕੇ ਚੜ ਜਾਵੀ ਗੰਢ ਕੱਪ ਤੂੰ ਬੱਚੀ ਹੁਸ਼ਿਆਰ ਹੋ ਗਏ ਉਹ ਟਿਕਟ ਇਮਾਨ ਦੀ ਪੈਣੀਆਂ ਲੋੜ ਉੱਥੇ ਗੱਡੀ ਆਖਰੀ ਤੇ ਅਸਵਾਰ ਹੋ ਗਏ ਉਹ ਸਫ਼ਰ ਉਮਰ ਦਾ ਨਬੇੜ ਕਸੂਰ ਮੰਦਾ ਹਰ ਇੱਕ ਦਾ ਤਾਬਿਆਦਾਰ ਹੋ ਗਏ ਮੇਰੇ ਪਾਪ ਨਾ ਸਹਿਬਾ ਕਰੇ ਨੰਗੇ ਕੋਈ ਮੈਂ ਵਰਗਾ ਕੱਜ ਮੱਜ ਵੀ ਨਹੀਂ ਇਸ ਕੂੜ ਮਕਾਨ ਫਨਾ ਅੰਦਰ ਰਹਿਣ ਕੱਲ ਵੀ ਨਹੀਂ ਤੇ ਅੱਜ ਵੀ ਨਹੀਂ ਹਾਲੀ ਰੋਜ਼ੇ ਨਮਾਜ਼ ਜ਼ਕਾਤ ਕੋਲੋਂ
ਕੀਤਾ ਮੱਕੇ ਸ਼ਰੀਫ ਦਾ ਅੱਜ ਵੀ ਨਹੀਂ ਆ ਚਾਰ ਕੰਨੀਆਂ ਮਾਲ ਗਾਇਣ ਖਾਲੀ ਕੋਈ ਨਾਜ਼ ਨਖਰਾ ਸੱਜ ਦੱਜ ਵੀ ਨਹੀਂ ਤੇ ਕਿਵੇਂ ਰੋੜ ਪੱਥਰ ਰੋੜਾਂ ਦਾਣਿਆਂ ਤੂੰ ਮੇਰੇ ਹੱਥ ਅਰਫਾਨ ਦਾ ਛੱਜ ਵੀ ਨਹੀਂ ਦੁਨੀਆ ਦੀਨ ਅੰਦਰ ਤੇਰੇ ਬਾਜ ਮੌਲਾ ਪਰਦਾ ਬੰਦੇ ਦਾ ਸ਼ੱਕ ਦਾ ਕਾਜ ਵੀ ਨਹੀਂ ਤੇ ਨਾ ਮੈਂ ਜ਼ਿੰਦਗੀ ਦਾ ਕੁਝ ਕਦਰ ਜਾਤਾ ਇਹਦੂ ਪਹਿਲਾਂ ਤਾਂ ਪਤਾ ਹੀ ਕੋਈ ਨਹੀਂ ਸੀ ਐਵੇਂ ਹੀ ਲੰਘ ਗਈ ਹੈ ਉਹ ਨਾ ਮੈਂ ਜ਼ਿੰਦਗੀ ਦਾ ਕੁਝ ਕਦਰ ਜਾਤਾ ਤੇ ਸੁਣੀ ਮੌਤ ਦੇ ਸ਼ੇਰ ਦੀ ਗੱਜ ਵੀ ਨਹੀਂ ਜੇ ਮੈਂ ਵਿੱਚ ਗੁਨਾਹ ਮਸ਼ਹੂਰ ਹੋਇਆ ਤੇਰੇ ਫਜ਼ਲ ਜਿਹਾ ਕਿਧਰੇ ਵੱਜ ਵੀ ਨਹੀਂ ਤੇ ਆਇਆ ਮੂੰਹ ਕਾਲਾ ਲੈ ਕੇ ਬੂਏ ਤੇਰੇ ਮੈਂ ਵਰਗਾ ਕੋਈ ਨਲੱਜ ਵੀ ਨਹੀਂ ਅੱਲਾ ਪਾਕ ਦੇ ਬਾਦ ਰਸੂਲ ਅਰਬੀ ਉਹ ਕਿਸੇ ਦੈਮ ਦੀ ਰੱਖਣੀ ਲੱਜ ਵੀ ਨਹੀਂ ਸੋਹਣ ਦੇ ਜਾਂਦੇ ਨੇ ਵੀ ਜਿਹਨਾਂ ਦੀ ਕੀਮਤ ਹੀ ਕੋਈ ਨਹੀਂ ਮੁੱਲ ਹੀ ਕੋਈ ਸ਼ੱਕ ਹੀ ਨਹੀਂ ਤੇ ਲਾ ਫਿਰ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫੇਰ ਮਿਲਾਂ ਦੇ